ਕੋਰੋਨਾ ਵਾਇਰਸ ਦੇ ਬਚਾਅ ਨੂੰ ਲੈ ਕੇ ਜਿੱਥੇ ਸਰਕਾਰਾਂ ਵੱਲੋਂ ਲੋਕਡਾਊਨ ਕੀਤਾ ਗਿਆ ਨਾਲ ਹੀ ਕਰਫਿਊ ਜਾਰੀ ਹੈ ਉੱਥੇ ਪੁਲਿਸ ਪ੍ਰਸ਼ਾਸਨ ਆਪਦੇ ਤੌਰ 'ਤੇ ਪੂਰੀ ਜਿਹੜੀ ਸਥਿਤੀ 'ਤੇ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਲਈ ਪ੍ਰੇਰਿਤ ਕਰ ਰਿਹਾ। ਸਾਡੇ ਨਾਲ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਜਿਹੜੇ ਮਨਜੀਤ ਸਿੰਘ ਢੀਸੀ ਸਾਡੇ ਨਾਲ, ਉਹਨਾਂ ਤੋਂ ਜਾਣਦੇ ਹਾਂ ਕਿ ਫਰੀਦਕੋਟ ਦੀ ਕੀ ਸਥਿਤੀ ਹੈ। ਸਰ, ਫਰੀਦਕੋਟ ਦੀ ਜੇਕਰ ਗੱਲ ਕਰੀਏ ਤਾਂ ਲੋਕ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਕੇ ਬਾਹਰ ਨਿਕਲ ਰਹੇ, ਤੁਹਾਡੇ ਵੱਲੋਂ ਕੀ ਇੰਤਜ਼ਾਮ ਕੀਤੇ ਗਏ? ਦੇਖੋ ਜੀ, ਇੱਦਾਂ ਹੈਗਾ ਕਿ ਜਿਹੜੀਆਂ ਹੈਗੀਆਂ ਕਰਫਿਊ ਇੰਪੋਜ਼ਡ ਹੈਗਾ ਪ੍ਰੋਪਰਲੀ ਵਧੀਆ ਤਰੀਕੇ ਨਾਲ ਸਾਰਾ ਇੰਤਜ਼ਾਮ ਨਾਕਾ ਸਾਡੇ ਰਾਊਂਡ ਦੀ ਕਲੋਕ ਨਾਕਾਬੰਦੀ ਤਾਂ ਪੈਟਰੋਲਿੰਗ ਦਿਨ ਰਾਤ ਸਾਡੀ ਚੱਲਦੀ ਪਈ ਆ। ਤਕਰੀਬਨ 80% ਜਿਹੜੀ ਸਾਡੀ ਫੋਰਸ ਹੈ ਜ਼ਿਲ੍ਹੇ ਦੀ ਜਾਂ ਸਾਡੀ ਕੁਛ ਹੋਰ ਫੋਰਸ ਹੈ ਜਿਹੜੀ ਕਿ ਅਸੀਂ ਵਿਦਡਰਾਅ ਕੀਤੀ ਹੈ, ਕੁਛ ਗਨਮੈਨਸ ਜਾਂ ਕੁਛ ਐਕਸਟਰਾ ਜਿੰਨੀ ਵੀ ਫੋਰਸ ਹੈ ਅਸੀਂ ਇੱਕ ਵੱਧ ਤੋਂ ਵੱਧ ਫੋਰਸ ਨੂੰ ਅਸੀਂ ਫੀਲਡ 'ਚ ਲਾ ਦਿੱਤਾ ਹੈਗਾ ਆ ਔਰ ਉਹਨਾਂ ਦੇ ਡਿਊਟੀ ਆਵਰਸ ਨੂੰ ਵੰਡ ਕੇ ਉਹਨਾਂ ਦੇ ਲੌਂਗ ਡਿਊਟੀ ਆਵਰਸ, ਕਿਉਂਕਿ ਇਹ ਲੰਬਾ ਚੱਲਦਾ ਪਿਆ, ਉਹਨੂੰ ਦੇਖਦੇ ਹੋਏ ਉਹਦੀ ਮੱਦੇਨਜ਼ਰ ਤਾਂ ਕਿ ਫੋਰਸ ਵੀ ਜਿਹੜੀ ਹੈਗੀ ਆ ਉਹਦੀ ਸਿਹਤ ਪੱਖੋਂ ਦੇਖਦੇ ਹੋਏ ਜਾਂ ਵੈਲਫੇਅਰ ਦੇਖਦੇ ਹੋਏ ਉਹਨਾਂ ਦਾ ਅਸੀਂ ਇੱਕ ਇੱਦਾਂ ਦਾ ਡਿਊਟੀ ਚਾਰਟ ਬਣਾਇਆ ਤਾਂ ਕਿ ਉਹਨਾਂ ਦੀ ਕੋਈ ਪ੍ਰੋਬਲਮ ਨਾ ਆਵੇ ਉਹਨਾਂ ਦੀ ਡਿਊਟੀ 'ਚ ਜਿਹੜਾ ਹੈਗਾ ਉਹਨਾਂ ਦਾ ਟਾਈਮਿੰਗ, ਕਿਉਂਕਿ ਇਹ 24x7 ਜਿਹੜਾ ਹੈਗਾ ਲਗਾਤਾਰ ਆਪਣਾ ਜਿਹੜਾ ਚੱਲਦਾ ਪਿਆ ਹੈ ਕਿਉਂਕਿ ਇਸ ਵੇਲੇ ਜਿਹੜਾ ਹੈਗਾ ਪੁਲਿਸ ਦੇ ਪਾਰਟ ਦੇ ਉੱਤੇ ਇੰਪੋਜ਼ ਕਰਨਾ ਦਿਨ ਰਾਤ, ਰਾਤ ਨੂੰ ਵੀ ਡਿਊਟੀਆਂ ਦੇਣੀਆਂ, ਸੋ ਇਹ ਬੜਾ ਮੇਜਰ ਜਿਹੜਾ ਹੈਗਾ ਆ ਕਿਉਂਕਿ ਸਾਰਾ ਕੁਛ ਜਿਹੜਾ ਹੈਗਾ ਸਾਡੀ ਫੋਰਸ 'ਤੇ ਡਿਪੈਂਡੈਂਟ ਹੈ ਔਰ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਇਹਦਾ ਜਿਹੜਾ ਵੈਲਫੇਅਰ ਕੰਸਰਨ ਦੇਖ ਰਹੇ ਹਾਂ। ਸੈਕਿੰਡਲੀ ਜਿਹੜੇ ਤੁਸੀਂ ਕਹਿੰਦੇ ਹੋ ਕੁਛ ਲੋਕਾਂ ਦਾ ਬਹਾਨੇ ਬਣਾ ਕੇ, ਜਿੱਦਾਂ ਹੁਣ ਕੁਛ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿੱਦਾਂ ਬੈਂਕ ਕੁਛ ਟਾਈਮ ਲਈ ਖੁੱਲ੍ਹ ਰਹੇ ਆ, ਜਿਹੜੀ ਬੈਂਕ ਦੇ ਵਿੱਚ ਪਬਲਿਕ ਕੋਈ ਆਉਂਦੀ ਹੈ ਜਾਂ ਬੈਂਕ ਦੀ ਜਿਹੜੀ ਮੂਵਮੈਂਟ ਹੁੰਦੀ ਆ ਉਹਦੇ ਨਾਲ ਫੀਲਿੰਗ ਇਹ ਮਿਲਦੀ ਆ ਕਿ ਕਰਫਿਊ ਦੇ ਵਿੱਚ ਕੋਈ ਢਿੱਲ ਲੱਗ ਰਹੀ ਆ, ਕੋਈ ਉਹਦੇ ਵਿੱਚ ਕੋਈ ਹੈਗਾ ਆ, ਕਿਉਂਕਿ ਜੇ ਆਪਾਂ ਦੇਖੀਏ ਕਿ ਕੰਬਾਈਨ ਜਿਹੜਾ ਨੇ ਕੰਬਾਈਨ ਯੂਜ਼ ਕਰਨੀ ਆ ਜਿਹੜੇ ਕਿਸਾਨਾਂ ਨੇ ਜਾਂ ਜਿਹੜੇ ਲੋਕਾਂ ਨੇ ਬੈਂਕ ਦਾ ਓਪਰੇਟ ਕਰਨਾ ਆ ਜਾਂ ਜਿਹੜੇ ਕੁਛ ਇੰਪਲੋਈਜ਼ ਆ ਜਿਹੜੇ ਨੂੰ ਜਿਨ੍ਹਾਂ ਨੂੰ ਇਜਾਜ਼ਤ ਹੈਗੀ ਜਾਣ ਦੀ, ਜਦੋਂ ਇਹ ਹੋਰ ਵੀ ਜਿਹੜੇ ਅਦਾਰੇ ਆ ਜਿਹਨੂੰ ਰਿਲੈਕਸੇਸ਼ਨ ਹੈਗੀ ਆ ਜਦੋਂ ਉਹ ਸੜਕ 'ਤੇ ਆਉਂਦੇ ਆ ਤਾਂ ਇਹ ਫੀਲਿੰਗ ਆਉਂਦੀ ਆ ਬਾਹਰ ਕਿ ਯਾਰ ਕਰਫਿਊ ਦੇ 'ਚ ਢਿੱਲ ਆ, ਪਰ ਨਹੀਂ ਉਹਦੇ ਵਿੱਚ ਉਹ ਰਿਲੇਟਡ ਬੰਦੇ ਹੁੰਦੇ ਆ ਜਿਨ੍ਹਾਂ ਬੰਦਿਆਂ ਨੂੰ ਹੁੰਦਾ, ਪਰ ਇਹ ਤੋਂ ਸਿਵਾਏ ਵੀ ਤੁਹਾਡੀ ਗੱਲ ਹੋ ਸਕਦੀ ਆ ਕਿ ਇਹਦਾ ਫਾਇਦਾ ਉਠਾਉਂਦੇ ਹੋਏ ਕੁਛ ਵਾਇਲੇਟਰਸ ਜਿਹੜੇ ਹੈਗੇ ਵਾਇਲੇਟ ਕਰ ਰਹੇ ਆ ਉਹ ਬੰਦੇ ਬਾਹਰ ਨਿਕਲਾਉਂਦੇ ਇਹਦੀ ਆੜ ਦੇ ਵਿੱਚ ਕਿ ਅਸੀਂ ਜੀ ਬੈਂਕ ਚੱਲੇ ਹਾਂ, ਸੋ ਉਹਦੇ ਪਾਰਟ ਦੇ ਉੱਤੇ ਅਸੀਂ ਵਾਰ ਵਾਰ ਜਿਹੜਾ ਹੈਗਾ 2-3 ਪਬਲਿਕ ਐਡਰੈਸ ਸਿਸਟਮ ਦੇ ਥਰੂ ਪਲੱਸ ਸਾਡੇ ਨਾਕਿਆਂ 'ਤੇ ਅਸੀਂ ਕਾਫੀ ਉਹਨਾਂ ਨੂੰ ਵਾਰ ਵਾਰ ਇਹ ਬਰੀਫ ਵੀ ਕੀਤਾ ਆ ਔਰ ਸਖਤੀ ਕਰ ਰਹੇ ਹਾਂ, ਵਹੀਕਲਸ ਇੰਪਾਊਂਡ ਕਰਾਂਗੇ ਅਸੀਂ ਔਰ ਪਲੱਸ ਜਿੱਥੇ ਜਿੱਥੇ ਸਾਨੂੰ ਲੱਗਿਆ ਅਸੀਂ ਉੱਥੇ ਪਰਚਾ ਦਰਜ ਕਰਾਂਗੇ। ਇਹ ਬੜਾ ਮੈਸੇਜ ਪਹਿਲਾਂ ਵੀ ਦਿੱਤਾ ਸੀਗਾ, ਅਸੀਂ ਹੁਣ ਵੀ ਦੇ ਰਹੇ ਹਾਂ ਕਿਉਂਕਿ ਇਹ ਜਿਹੜਾ ਕਰਫਿਊ ਆ ਇਹ ਲੋਕਾਂ ਦੀ ਭਲਾਈ ਲਈ, ਲੋਕਾਂ ਦੀ ਆਪਣੀ ਸਿਹਤ ਲਈ ਔਰ ਇਸ ਬਿਮਾਰੀ ਤੋਂ ਅੱਗੇ ਨਾ ਵਧਣ ਲਈ ਅਸੀਂ ਇਹ ਸਾਰਾ ਕੁਛ ਕੀਤਾ। ਸਰਕਾਰ ਨੇ ਜਿਹੜਾ ਇਹ ਕਰਫਿਊ ਲਾਇਆ ਹੈ ਕਿਉਂਕਿ ਇੰਡੀਆ 'ਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੰਜਾਬ 'ਚ ਵਿੱਚ ਹੀ ਫੈਸਲਾ ਕੀਤਾ ਗਿਆ ਸੀ ਕਰਫਿਊ ਲਾਉਣ ਦਾ ਔਰ ਜਿਹੜਾ ਹੈਗਾ ਅਗਰ ਇਹ ਸਾਰਾ ਸਹੀ ਤਰੀਕੇ ਨਾਲ ਲੋਕ ਸਾਥ ਦੇ ਦਿੰਦੇ ਆ ਤਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਚੰਗੇ ਰਿਜ਼ਲਟ ਨਿਕਲ ਸਕਦੇ ਆ। ਸਰ, ਕੋਈ ਹੁਣ ਤੱਕ ਮਾਮਲੇ ਦਰਜ ਹੋਏ ਆ ਜਿਹੜੇ ਲੋਕ ਬਾਹਰ ਤੁਰੇ ਫਿਰਦੇ? ਹਾਂਜੀ, ਅਸੀਂ FIR ਦਰਜ ਕੀਤੀਆਂ ਹੈਗੀਆਂ ਇਸ ਸੰਬੰਧ ਵਿੱਚ, ਲੋਕ ਅਰੈਸਟ ਵੀ ਕੀਤੇ ਆ ਔਰ ਇਹ ਲਗਾਤਾਰ ਔਨਗੋਇੰਗ ਪ੍ਰੋਸੈਸ ਹੈਗਾ। ਜਿੱਥੇ ਵਾਇਲੇਸ਼ਨ ਹੋਈ ਜੇ ਅਸੀਂ ਉਹਨੂੰ ਇਨਫੋਰਸ ਕਰਨਾ ਆ ਤਾਂ ਉਹਦੇ ਲਈ ਸਾਨੂੰ FIR ਦਰਜ ਕਰਨੀ ਜ਼ਰੂਰੀ ਆ ਔਰ ਕਿਉਂਕਿ ਕਈ ਜਗ੍ਹਾ ਜਿੱਥੇ ਨਾ ਕਰਾਂਗੇ ਤਾਂ ਫਿਰ ਉਹਦੇ ਵਿੱਚ ਵੀ ਲੋਕਾਂ ਨੂੰ ਇਹ ਚੀਜ਼ ਦਾ ਆਉਂਦਾ ਕਿ ਜੀ ਪੁਲਿਸ ਨੇ ਐਕਸ਼ਨ ਨਹੀਂ ਲਿਆ, ਸੋ ਇਸ ਕਰਕੇ ਪ੍ਰੋਪਰ ਜਿਹੜਾ ਹੈਗਾ ਅਸੀਂ ਉਹਦੇ 'ਚ ਕਾਰਵਾਈ ਕਰ ਰਹੇ ਹਾਂ ਔਰ ਕਰਦੇ ਰਵਾਂਗੇ। ਜੇ ਇਸ ਗੱਲ 'ਚ ਕਿਸੇ ਨੇ ਵੀ ਢਿੱਲ ਮੱਠ ਦਿਖਾਈ ਜਾਂ ਉਹਨੂੰ ਵਾਇਲੇਟ ਕੀਤਾ ਕਾਰਵਾਈ ਕਰਾਂਗੇ ਪ੍ਰੋਪਰ। ਸਰਕਾਰਾਂ ਵੱਲੋਂ ਇਹਦੇ ਵਾਸਤੇ ਜਿਹੜੇ ਇਹਨਾਂ ਇਹ ਲੋਕ ਆ ਇਹਨਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਦੀ ਗੱਲ ਕਹੀ ਗਈ ਆ, ਆਪਣੇ ਕੋਈ ਹੈ ਇੱਧਰ ਕੋਈ ਖੁੱਲ੍ਹੀ ਜੇਲ੍ਹ ਜਾਂ ਇਹਨਾਂ ਨੂੰ ਕਿੱਥੇ ਰੱਖੋਗੇ ਤੁਸੀਂ? ਦੇਖੋ, ਇਹ ਡਿਸਟ੍ਰਿਕਟਸ ਦੇ ਨਾਲ ਰਿਲੇਟਡ ਹੈਗਾ ਆ, ਬਹੁਤ ਜਿਹੜੇ ਬੜੇ ਸ਼ਹਿਰ ਹੈਗੇ ਆ ਜਿਹਨਾਂ ਦੀ ਬਹੁਤ ਬੜੀ ਪਾਪੂਲੇਸ਼ਨ ਹੈਗੀ ਆ, ਉੱਥੇ ਕਈ ਇਸ਼ੂਜ਼ ਵੀ ਹੈਗੇ ਆ, ਪਰ ਹਾਲੇ ਤੱਕ ਸਾਡੇ ਡਿਸਟ੍ਰਿਕਟ ਦੇ ਵਿੱਚ ਇੱਦਾਂ ਦਾ ਕੋਈ ਇਸ਼ੂ ਨਹੀਂ ਅਰਾਈਜ਼ ਹੋਇਆ। ਜੇ ਕਿ ਸਾਨੂੰ ਅਸੀਂ ਜੇ ਕੋਈ ਇਸ਼ੂ ਅਰਾਈਜ਼ ਹੁੰਦਾ ਤਾਂ ਅਸੀਂ DC ਸਾਹਿਬ ਨਾਲ ਟੇਕ ਅਪ ਕਰਕੇ ਅਸੀਂ ਉਸ ਚੀਜ਼ ਨੂੰ ਵੀ ਫੋਲੋ ਅਪ ਕਰ ਸਕਦੇ ਹਾਂ। ਸਰ, ਨਿਜ਼ਾਮੂਦੀਨ ਦੀ ਜਮਾਤ ਦੇ ਜਿਹੜੇ 4 ਲੋਕ ਹੈ, ਕਾਫੀ ਜਿਹੜੇ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਗੱਲ ਚੱਲ ਰਹੀ ਹੈ, ਫਰੀਦਕੋਟ ਦੇ ਵਿੱਚ 4 ਲੋਕ ਹੈ। ਦੇਖੋ, ਇੱਦਾਂ ਹੈਗਾ ਆ ਕਿ ਆਗਰਾ ਤੋਂ ਆਏ ਹੋਣ ਬਾਰੇ ਕੁਛ ਲੋਕਾਂ ਬਾਰੇ ਮੇਰੀ ਸਿਵਲ ਸਰਜਨ ਉਹਨਾਂ ਨਾਲ ਵੀ ਗੱਲ ਹੋਈ ਸੀ, ਉਹਨਾਂ ਬਾਰੇ ਪਤਾ ਲੱਗਿਆ ਸੀਗਾ ਵੀ ਉਹ ਆਗਰਾ ਤੋਂ ਵਿਜ਼ਿਟ ਕੀਤੇ ਸੀਗੇ, ਪਰ ਉਹਨਾਂ ਦਾ ਇਹਦੇ ਨਾਲ ਰਿਲੇਟਡ ਹਾਲੇ ਤੱਕ ਕੁਛ ਨਹੀਂ ਪਤਾ ਲੱਗਿਆ, ਨਾ ਪਾਇਆ ਗਿਆ, ਪਰ ਉਹਨਾਂ ਨੂੰ ਫਰਦਰ ਜਿਹੜੀ ਵੇਰੀਫਿਕੇਸ਼ਨ ਹੈ, ਕ੍ਰੋਸ ਚੈੱਕ ਹੈਗਾ ਕਿ ਕੀ ਉਹਨਾਂ ਦੀ ਮੂਵਮੈਂਟ ਕਿਤੇ ਉਸ ਪਾਸੇ ਨੂੰ ਤਾਂ ਨਹੀਂ ਹੋਈ, ਉਹ ਸਾਡੀਆਂ ਜਿਹੜੀ ਹੈਗੀ ਹੈ ਕੰਸਰਨ, ਸਾਡਾ ਜਿਹੜਾ ਸੈੱਲ ਹੈਗਾ ਜਿਹੜਾ ਹੈਗਾ ਟੈਕਨੀਕਲ ਸੈੱਲ, ਉਹਨਾਂ ਦੀਆਂ ਡਿਟੇਲਸ ਤੋਂ ਉਹਨਾਂ ਦੀ CDRs ਤੋਂ ਸਾਰਾ ਉਹਨਾਂ ਦੀ ਚੈੱਕ ਕਰਕੇ ਫਿਰ ਤੁਹਾਨੂੰ ਅਸੀਂ ਕਨਫਰਮੇਸ਼ਨ ਕਰਾਂਗੇ। ਇਹ ਜਿਹੜੀ ਸਰ ਸਖਤੀ ਵਾਸਤੇ ਕੋਈ CRPF ਦੀ ਆਪਣੇ ਵੀ ਸਹਾਇਤਾ ਲਈ ਜਾ ਸਕਦੀ ਕਿਤੇ ਨਾ ਕਿਤੇ? ਦੇਖੋ, ਹਾਲੇ ਤੱਕ ਜਿਹੜਾ ਹੈਗਾ ਸਾਡੇ ਡਿਸਟ੍ਰਿਕਟ 'ਚ ਇੱਦਾਂ ਦੀ ਜ਼ਰੂਰਤ ਹਾਲੇ ਨਹੀਂ ਆਈ, ਕੁਛ ਜਗ੍ਹਾ ਦੇ ਉੱਤੇ ਇਹ ਜਿਹੜਾ ਹੈਗਾ ਇਹਨਾਂ ਨੂੰ ਕਾਲ ਕੀਤਾ ਗਿਆ ਹੈਗਾ,
और आने वाले समय के डिपेंड्स अपॉन के किदा के हालात रेंदे आ और हाले लोग बहुत अच्छा कोऑपरेट कर रहे हैं और मैनू लगता है कि जे मैं सोचा असी इनफोर्स करन लई जिन्नी अपनी फोर्स लाई आ नो डाउट इस तो सिवाय पब्लिक का इस वेले काफ़ी ज़्यादा सहयोग मिल रहा जे आप देखिए कि सारे पब्लिक के सहयोग के नाल ही जिहड़ा हैगा असी इस करफ्यू नू अच्छे तरीके नाल इत्थे ला पाए हाँ क्योंकि जे लोग खुद नहीं समझणगे तो इनफोर्समेंट करन च दिक्कत आऊगी सानू बार बार वध तो वध लोगों नू होर ज़्यादा अरैसट करना पऊगा पर लोग हुण काफ़ी परसेंटेज इदां दी आ जिहड़े लोगों नू इस चीज़ का समझ आ गई हुण जिहड़े लोगों की तुसीं हल्की हल्की मूवमेंट देख रहे हैं कोई कंबाइनज़ है कोई ट्रैक्टर है कोई मूवमेंट है किसी की उही बंदे आ जिहड़े बंदियां दी पर उहदे नाल इदां दी फील आउंदी आ बाहर कि जी करफ्यू जी ढिल हैगी आ पर वो रिलेटिड बंदे किसी ना किसी काम ना जो बंदे सड़क पर आते हैं तो इदा की फीलिंग मिलती है कि जी ये ढिल है पर यह चीज़ा जी है कुछ बैंक्स खुले आ कुछ होर आ उन्होंने उन्नी क मूवमेंट थोड़ी बहुत हैगी है। एक सर पिछले दिन तो वालों एक सोशल मीडिया से मैसेज पाया सीगा जिहड़े पिंडां दे लोक आ उन्हां नूं अवेयर किया गया सी उसका उस तो काफ़ी जिहड़े लोग प्रभावित होए आपो अपने पिंड सील की है फरीदकोट दे विच किन्ने क पिंड है जे जिहड़े सील हो गए हुण तक उन्होंने आपदे आप नूं सेफ रखने की कोशिश की है। देखो जिद्दन तो ही एक करफ्यू जारी होया जिद्दन तो यह कोविड 19 की जिहड़ी हैगी आ मुहिम चली है इहनूं रोकण लई उदन तो असी वक्रे वक्रे वाया मीडियाज़ नू यूज़ किया पब्लिक अवेयर करन लई उहदे च एक वाया मीडिया सीगा साडा अपना जिहड़ा सोशल मीडिया सैल हैगा डिस्ट्रिक्ट दा साडा जिहड़ा फेसबुक पेज है उत्ते असी जागरूक करन लई लोकां नू वध तों वध जोड़न लई उत्ते असी अपना कोई ना कोई मैसेज उत्ते पाउंदे रहिंदे आ प्लस जिहड़ा साडा मीडिया जिहदा कि तुसीं लोग हैगे आ बड़ा पॉजिटिव रोल इस वेले निभा रहा है ताकि पॉजिटिवली लोगों नू अवेयर करन लई वध तों वध जिहड़ा हैगा लोकां च इह गल नू जिहड़ा भी जिहड़े साडे कार्ज कीते जा रहे जां जिहड़ियां साडियां इंस्ट्रक्शनस हैगियां लोकां नू जिहड़ियां हदायतां हैगियां उह पब्लिक नू तुहाडे थ्रू पहुँच रही आ और यही एक टाइम आ जो एज अ टीम सारे पुलिस का हैल्थ का मीडिया का इन्हें सारे लोगों का आम जनरल पब्लिक का एज अ टीम काम करन दा ताकि इस सारे नू जो एक पासे नू लग के चलांगे और उहदे विच ही जिहड़ा हैगा सारे समाज का और अपने इस बीमारी तो बचण का एक तरीका है ताकि लोग एक लाइन च हो जाएंगे फिर सारे जदों कुछ गल्लां हो सकता है कितने कुछ प्रॉब्लम्स हैगियां कितने होर इशूज़ भी आउंदे आ नो डाउट एड्डा वड्डा यह मसला चल रहा दुनिया भर के पर इस वेले टाइम हैगा आ कि साढ़े वालों भी मीडिया वालों भी तो होर जिहड़ियां एजेंसीज आ पॉजिटिवली लोगों नूं अवेयर करन दा तां कि लोग अवेयर होण और एक दूजे नाल देख के अपने पिंडां च अपने शहरां दे विच एज़ अ रोल मॉडल बन और ये एक टाइम आ जदों अपनी देश भगती और देश प्रति और लोगों प्रति अपना देश भगती दिखाउण दा टाइम आ और वो इक्को ही तरीका हैगा कि लोग अंदर रह लैण और एक इस तो वधिया टाइम और इस तो वधिया देश की एकता का या समाज के अपना एकता का दिखाउण दा टाइम इस तो वधिया तुहानूं कदी नहीं मिल सकता। तो ये सन साढ़े नाल फरीदकोट के SSP मनजीत सिंह टीसी जी जिन्होंने बड़ा जिहड़ा ब्रीफली दस्सिया कि जो भी लोग बाहर आउणगे उन्हां खिलाफ़ मामले दर्ज किए जाएंगे किसी नूं बख्शा नहीं जाएगा तो हुण आने वाले समय के पता लगेगा कि लोग किन्ना किन्ना दी गल तों अवेयर हुंदे आ सरकार का साथ दिंदे आ पुलिस का साथ दिंदे आ। फरीदकोट तो गुरजीत रमाना ग्लोबल पंजाब टीवी हुण तुसीं देख सकते हो ग्लोबल पंजाब टीवी नूं डाउनलोड करो साडी ऐप एंड्रॉयड जां iOS ते फ्री विच रोकू अते Amazon Fire TV ते जां Apple TV ते नाल ही देख सकते हो लाइव स्ट्रीमिंग www.globalpunjabtv.com ते।